ਹੋ ਗਿਆ ਜੀ, ਲਾਈਵ ਹੋ ਗਿਆ ਜੀ। ਹਾਂਜੀ ਹਾਂਜੀ ਠੀਕ ਹੈ। ਹਾਂਜੀ ਅਸਲਾਮ ਵਾਲੇਕੁਮ ਜੀ, ਕਿੱਦਾਂ ਠੀਕ ਠਾਕ ਸਾਰੇ ਜਾਣੇ? ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ। ਆਪਾਂ ਹਰੇਕ ਵਾਰੀ ਦੀ ਤਰ੍ਹਾਂ ਬਿਨਾਂ ਦੱਸੇ ਲਾਈਵ ਅੱਜ ਫਿਰ ਹੋ ਗਏ ਹਾਂ। ਅਤੇ ਅੱਜ ਜਿਸ ਪਰਪਸ ਦੇ ਲਈ ਮੈਂ ਲਾਈਵ ਹੋਇਆ, ਉਹ ਤੁਹਾਡੇ ਸਾਹਮਣੇ ਹੈ। ਅੱਜ ਤੁਹਾਨੂੰ ਬਹੁਤ ਵੱਡੀ ਸ਼ਖਸੀਅਤ ਦੇ ਨਾਲ ਮਿਲਾਉਣਾ। ਅਤੇ ਤੁਸੀਂ ਆਲਵੇਜ਼ ਤੁਸੀਂ ਮੈਨੂੰ ਕਹਿੰਦੇ ਰਹਿੰਦੇ ਹੋ ਆਲਵੇਜ਼ ਭਾਅ ਜੀ ਰਿਮਝਿਮ ਸੁਣਾ ਦਿਓ, ਰਿਮਝਿਮ ਸੁਣਾ ਦਿਓ, ਰਿਮਝਿਮ ਸੁਣਾ ਦਿਓ। ਅਤੇ ਰਿਮਝਿਮ ਆਪਾਂ ਅੱਜ ਤੁਹਾਨੂੰ ਮੈਂ ਨਹੀਂ ਸੁਣਾਉਣਾ, ਅੱਜ ਰਿਮਝਿਮ ਜਿਹਨਾਂ ਦਾ ਲਿਖਿਆ ਹੋਇਆ ਆ, ਜਿਹਨਾਂ ਦੀ ਕੰਪੋਜੀਸ਼ਨ ਆ, ਅੱਜ ਰਿਮਝਿਮ ਤੁਹਾਨੂੰ ਉਹਨਾਂ ਤੋਂ ਸੁਣਨ ਨੂੰ ਮਿਲੇਗਾ। ਸਾਡੇ ਮਾਮਾ ਜੀ, ਲਾਲ ਮਾਮਾ ਜੀ, ਲਾਲ ਅਠੋਲੀ ਵਾਲਾ ਜੀ, ਇਹਨਾਂ ਦਾ ਤੁਸੀਂ ਵੈਲਕਮ ਕਰੋ। ਅਤੇ ਜਿੰਨੇ ਵੀ ਮੇਰੇ ਇੰਸਟਾਗ੍ਰਾਮ ਵਾਲੇ ਮਾਮਾ ਜੀ, ਸਾਰੇ ਬਹੁਤ ਵਧੀਆ ਪਿਆਰ ਕਰਦੇ ਆਪਾਂ ਨੂੰ। ਅਤੇ ਅੱਜ ਇਹ ਤੁਹਾਡੇ ਦੀਦਾਰ ਕੀਤੇ, ਇਹਨਾਂ ਨੇ ਤੁਹਾਡੇ ਦਰਸ਼ਨ ਕੀਤੇ ਆ, ਅਤੇ ਮੈਨੂੰ ਲੱਗਦਾ ਸਾਰਿਆਂ ਨੂੰ ਵਧੀਆ ਲੱਗਦਾ ਹੋਊਗਾ, ਹੈ ਨਾ? ਕੀ ਆ ਰਿਹਾ ਮੈਨੂੰ ਕਮੈਂਟ? ਵਧੀਆ ਆ ਰਿਹਾ ਭਾਅ ਜੀ, ਆਈ ਲਾਈਕ ਯੂ। ਹਾਂ, ਇੱਕ ਵਾਰ ਗੱਲ ਲਾਈਵ ਕਰ ਲਓ ਕਹਿੰਦੇ। ਅੱਛਾ, ਲਾਈਵ ਚੱਲਦੀ ਪਈ ਆ। ਹਾਂ ਲਾਈਵ ਚੱਲਦੀ ਪਈ, ਬਿਲਕੁਲ ਲਾਈਵ ਚੱਲਦੀ ਪਈ ਆ। ਅਤੇ ਇਹ ਨੇ ਸਾਡੇ ਮਾਮਾ ਜੀ ਲਾਲ ਅਠੋਲੀ ਵਾਲਾ ਸਾਹਿਬ, ਅਤੇ ਇਹ ਸਾਡਾ ਸਾਭੀ ਹੈ, ਇਹ ਸਾਡਾ ਸਾਭੀ ਹੈ ਲਾਲ ਅਠੋਲੀ ਵਾਲਾ, ਇਹ ਸਾਡੇ ਮਾਮਾ ਜੀ ਦਾ ਸਾਹਿਬਜ਼ਾਦਾ। ਸਾਭੀ ਉੱਧਰ ਦੇਖ, ਤੂੰ ਇਹ ਬਾਅਦ 'ਚੋਂ ਕਰ ਲਈ, ਉੱਧਰ ਦੇਖ। ਅਤੇ ਇਹ ਵੀ ਹੁਣ ਇਹ ਬੰਦੇ ਦਾ ਤੁਹਾਨੂੰ ਬਾਅਦ 'ਚ ਦੱਸਦੇ ਹਾਂ। ਪਹਿਲਾਂ ਇੱਧਰ ਸਾਡੇ ਮਾਮਾ ਜੀ, ਮਾਮਾ ਜੀ ਮਾੜਾ ਜਿਹਾ ਸਤਿ ਸ਼੍ਰੀ ਅਕਾਲ ਜਾਂ ਸਲਾਮ। ਸਤਿ ਸ਼੍ਰੀ ਅਕਾਲ ਬਈ, ਸਲਾਮ ਵਾਲੇਕੁਮ। ਮੈਨੂੰ ਤਾਂ ਸੰਗ ਆਉਂਦੀ ਆ ਭਾਣ ਜਿਹਾ, ਹੁਣ ਧੱਕੇ ਨਾਲ ਕਹੀ ਜਾਂਦਾ ਬੋਲੋ ਦੋ ਲੈਣਾ ਤਾਂ ਤੁਹਾਡੇ ਰੂਹੋਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ ਜੀ। ਪਾਕਿਸਤਾਨ ਤੋਂ ਬਹੁਤ ਸਾਰਾ ਪਿਆਰ ਭਾਅ ਜੀ। ਅੱਛਾ, ਕਮੈਂਟ ਆ ਰਿਹਾ ਬਹੁਤ ਜ਼ਿਆਦਾ। ਥੈਂਕ ਯੂ ਯਾਰ, ਥੈਂਕ ਯੂ, ਥੈਂਕ ਯੂ। ਜਿੰਨੇ ਵੀ ਪਾਕਿਸਤਾਨ 'ਚ, ਇੰਡੀਆ 'ਚ, ਇੰਗਲੈਂਡ 'ਚ, ਆਸਟ੍ਰੇਲੀਆ 'ਚ, ਮਲੇਸ਼ੀਆ 'ਚ, ਨਿਊਜ਼ੀਲੈਂਡ ਦੇ ਵਿੱਚ, ਕੈਨੇਡਾ 'ਚ, USA ਦੇ ਵਿੱਚ, ਸਾਰੇ ਪਾਸੇ ਜਿੱਥੇ ਵੀ ਪਿਆਰ ਕਰਨ ਵਾਲੇ ਬੰਦੇ ਬੈਠੇ ਨੇ, ਸਾਰੇ ਜਿੰਨੇ ਵੀ ਪਿਆਰ ਕਰਨ ਵਾਲੇ ਨੇ, ਜਿੰਨੇ ਵੀ ਸਪੋਰਟਰਸ ਨੇ, ਸਾਰਿਆਂ ਨੂੰ ਮੇਰੇ ਵੱਲੋਂ ਸਲਾਮ ਅਦਾਬ ਆ, ਅਤੇ ਲਵ ਯੂ ਬਹੁਤ ਸਾਰਾ ਸਾਰਿਆਂ ਨੂੰ। ਅਤੇ ਅੱਜ ਤੁਸੀਂ ਮੈਂ ਖੁਦ ਬਹੁਤ ਚਿਰ ਬਾਅਦ, ਕਿਉਂਕਿ ਹੁਣ ਇੱਕ ਨਵਾਂ ਅਸੀਂ ਲੈ ਕੇ ਆ ਰਹੇ ਹਾਂ ਹੁਣ ਗਾਣਾ। ਅਸੀਂ ਪਿਛਲੀ ਵਾਰੀ ਤਾਂ ਰਿਮਝਿਮ ਲੈ ਕੇ ਆਉਂਦਾ ਸੀਗਾ, ਅਤੇ ਹੁਣ ਮਾਮਾ ਜੀ ਦਾ ਲਿਖਿਆ ਅਸੀਂ 20 ਗਾਣਾ ਆਪਾਂ ਲੈ ਕੇ ਆਵਾਂਗੇ, ਚਮਕੀਲਾ ਬਾਈ। ਅਤੇ ਚਮਕੀਲਾ ਸਾਹਿਬ ਦਾ, ਚਮਕੀਲਾ ਬਾਈ ਜੀ ਦਾ, ਜਾਣੀ ਕਿ ਉਹ ਤਾਂ ਲੈਜੈਂਡ ਹੋਏ ਨੇ, ਅਤੇ ਮਤਲਬ ਉਹਨਾਂ ਨੂੰ ਅਸੀਂ ਇੱਕ ਉਹਨਾਂ ਵਾਸਤੇ ਗਾਣਾ ਮਾਮਾ ਜੀ ਨੇ ਲਿਖਿਆ ਹੋਇਆ, ਅਤੇ ਉਹ ਤੁਹਾਨੂੰ ਆਪਾਂ ਬਾਅਦ 'ਚੋਂ ਸੁਣਾਵਾਂਗੇ। ਅਤੇ ਪਰ ਤੁਸੀਂ ਪਹਿਲਾਂ ਆਪਾਂ ਰਿਮਝਿਮ ਮਾਮਾ ਜੀ ਤੋਂ ਸੁਣੇ। ਮਾਮਾ ਜੀ, ਆਪਾਂ ਰਿਕੁਐਸਟ ਹੈ ਮੇਰੀ ਵੀ ਤੁਸੀਂ ਸੁਣਾ ਦਿਓ ਪਲੀਜ਼ ਥੋੜ੍ਹਾ ਜਿਹਾ ਰਿਮਝਿਮ। ਚਲੋ, ਮੈਂ ਗਾਉਣਾ ਤਾਂ ਨਹੀਂ ਆਉਂਦਾ, ਲੈ ਦੱਸ। ਅਤੇ ਹੁਣ ਕਹਿ ਰਿਹਾ ਪੁੱਤ ਤਾਂ ਫਿਰ ਮੰਨਣੀ ਪੈਂਦੀ ਹੈ ਬੱਚਿਆਂ ਦੀ। ਹੋਰ ਰਿਮਝਿਮ ਰਿਮਝਿਮ ਪੈਂਦੀਆਂ ਕਣੀਆਂ, ਸੱਜਣਾ ਜਾਨ ਮੇਰੀ ਤੇ ਬਣੀਆਂ, ਸੱਜਣਾ ਜਾਨ ਮੇਰੀ ਤੇ ਬਣੀਆਂ, ਬੱਦਲ ਮੁੜ ਮੁੜ ਗੱਜਦਾ, ਆ ਜਾ ਮੇਰਾ ਜੀ ਨਹੀਂ ਲੱਗਦਾ, ਅਦਨਾ ਮੇਰਾ ਦਿਲ ਨਹੀਂ ਲੱਗਦਾ, ਹਾਣੀਆਂ ਉਹ ਮੇਰਾ ਦਿਲ ਨਹੀਂ ਲੱਗਦਾ। ਵਾਹ 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 ਵਾਹ, ਇਹ ਕੰਪੋਜੀਸ਼ਨ ਹੈਗੀ ਮਾਮਾ ਜੀ ਦੀ ਆ, ਅਤੇ ਇਹ ਲਿਰਿਕਸ ਵੀ ਮਾਮਾ ਜੀ ਦੇ ਨੇ, ਅਤੇ ਕੰਪੋਜੀਸ਼ਨ ਵੀ ਮਾਮਾ ਜੀ ਦੀ ਹੈ। ਅਤੇ ਮਾਸ਼ਾਅੱਲਾ, ਇਹ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ। ਫਿਰ ਮਾਮਾ ਜੀ ਨੇ ਇੰਨੇ ਸੁਪਰ ਡੁਪਰ ਹਿੱਟ ਗੀਤ ਦਿੱਤੇ ਪਹਿਲਾਂ ਵੀ, ਮੱਖਣ ਭਾਅ ਜੀ ਨੂੰ ਵੀ, ਸਤਵਿੰਦਰ ਬੁੱਗਾ ਭਾਅ ਜੀ ਨੂੰ ਵੀ, ਨਛੱਤਰ ਭਾਅ ਜੀ ਨੂੰ ਵੀ, ਅਤੇ ਹੋਰ ਮਾਮਾ ਜੀ ਫਿਰੋਜ਼ ਭਾਅ ਜੀ ਨੂੰ, ਸਾਰੇ ਦੁਰਗਾ ਰੰਗੀਲਾ, ਹਾਂਜੀ, ਅਤੇ ਸੁਖਵੀਰ ਰਾਣਾ, ਸੈੱਟ ਸਿੰਗਰ, ਜਿੰਨੇ ਵੀ ਸਾਰੇ ਵੱਡੇ ਵੱਡੇ ਕਲਾਕਾਰਾਂ ਨੂੰ ਦਿੱਤੇ। ਦਿਲ ਨਹੀਂ ਹੈ ਨਹੀਂ ਤਮੰਨਾ ਵੀ ਕੋਈ, ਯਾਨੀ ਕਿ ਆਪਾਂ ਵੀ ਰਹਿ ਗਿਆ ਬੰਦਾ। ਹਾਂਜੀ ਹਾਂਜੀ, ਸਾਰਿਆਂ ਨੇ ਗਾ ਦਿੱਤੇ ਆ। ਹਾਂਜੀ, ਨੇ ਅੱਲਾ ਦਾ ਸ਼ੁਕਰ ਹੈ ਨਾ, ਇਹ ਤੁਹਾਡੀ ਕਲਮ ਹੈ ਮਾਮਾ ਜੀ। ਤੁਸੀਂ ਦੇਖੋ ਇੱਕ ਗਾਣਾ ਸੀਗਾ, ਇਹ ਇਸ਼ਕ ਕਿਸੇ ਦਾ ਨਹੀਂ ਹੋਇਆ, ਇਹਨੂੰ ਮੂੰਹ ਨਾ ਲਾਵੀ, ਰਾਤਾਂ ਨੂੰ ਉੱਠ ਉੱਠ ਰੋਵੇਗਾ ਦਿਲ ਪਿਆਰ ਨਾ ਪਾਵੀ, ਹੋਏ ਰਾਤਾਂ ਨੂੰ ਉੱਠ ਉੱਠ ਰੋਵੇਗਾ ਦਿਲ ਪਿਆਰ ਨਾ ਪਾਵੀ। ਕੰਪੋਜੀਸ਼ਨ ਮਾਮਾ ਜੀ ਤੁਹਾਡੀ ਸੀ, ਕੰਪੋਜੀਸ਼ਨ ਕਿਆ ਕੰਪੋਜੀਸ਼ਨ ਸੀ, ਅਤੇ ਕਿਆ ਲਿਖਿਆ ਮਾਮਾ ਜੀ ਨੇ, ਕਿਆ ਬਾਤ ਆ ਮਾਸ਼ਾਅੱਲਾ। ਅਤੇ ਹੋਰ ਵੀ ਕਈ ਗਾਣੇ ਆ, ਨੂਰਾ ਸਿਸਟਰ ਦੇ ਵੀ ਹੈ ਨਾ ਤੁਸੀਂ ਲਿਖਿਆ ਸੀਗਾ, ਕਿਹੜਾ ਸੀਗਾ?
ਮੈਂ ਕਿਹਨੂੰ ਕਿਹਨੂੰ ਦੱਸਾਂ ਸਾਈਆਂ ਨੇ, ਹਾਂ ਮੈਂ ਕਿਹਨੂੰ ਕਿਹਨੂੰ ਦੱਸਾਂ, ਮੇਰੇ ਸਾਈਆਂ ਨੇ ਤਾਰਿਆ, ਹੈਨਾ ਮੇਰੇ ਦਾਤਾ ਨੇ ਤਾਰਿਆ, ਤੇ ਮਾਸ਼ਾਅੱਲਾ ਬਹੁਤ ਹਿੱਟ ਹਿੱਟ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਾਵੇਂ ਭਲਾ ਕੌਣ ਨੀ ਨੱਚਦਾ, ਹੈਨਾ ਫਿਰੋਜ ਭਾਜੀ ਦਾ, ਮਾਈ ਦੀ ਮਾਏ ਮੈਨੂੰ ਜੋਗੀ ਨਾਲ ਤੋਰ ਦੇ, ਮਾਈ ਨੀ ਮਾਏ ਮੈਨੂੰ, ਮਾਏ ਨੀ ਮਾਏ ਮੈਨੂੰ ਜੋਗੀ ਨਾਲ ਤੋਰ ਦੇ, ਕਿਆ ਬਾਤ ਆ। ਦੋ ਗੱਲਾਂ ਮੈਂ ਹੋਰ ਕਹਿਣੀਆਂ ਚਾਹੁੰਦਾ, ਮੇਰਾ ਅਮਰੀਕਾ ਤੋਂ ਇੱਕ ਮੁੰਡਾ ਕਰ ਰਿਹਾ ਗਾਣਾ ਕਿਸਾਨਾਂ ਲਈ, ਅੱਛਾ ਜੀ, ਉਹ ਜ਼ਰੂਰੀ ਸਮਝਦਾ ਕਿ ਆਪਾਂ ਵੀ ਹੁਣ ਕਰ ਦਈਏ, ਹਾਂਜੀ। ਉਹ ਪਰਬਤ ਤੋਂ ਵੀ ਵੱਡੇ ਜਿਗਰ ਵੀਰ ਜਵਾਨਾਂ ਦੇ, ਪਰ ਪਰ ਜਾਣ ਟਰਾਲੀਆਂ ਦਿੱਲੀ ਪੁੱਤ ਕਿਸਾਨਾਂ ਦੇ, ਉਹ ਪਰ ਪਰ ਜਾਣ ਟਰਾਲੀਆਂ ਦਿੱਲੀ ਪੁੱਤ ਕਿਸਾਨਾਂ ਦੇ, ਲਾਉਂਦੇ ਜਾਣ ਜਕਾਰੇ ਪੂਰੇ ਜਜ਼ਬੇ ਨਾਲ ਭਰੇ, ਕੁਝ ਐਸਾ ਕਰ ਜਾਈਏ ਮਗਰੋਂ ਦੁਨੀਆ ਯਾਦ ਕਰੇ, ਉਹ ਕੁਝ ਐਸਾ ਕਰ ਜਾਈਏ ਮਗਰੋਂ ਦੁਨੀਆ ਯਾਦ ਕਰੇ, ਹੱਕਾਂ ਦੇ ਲਈ ਲੜਨਾ ਦਿੱਲੀਏ ਆਦਤ ਸਾਡੀ ਹੈ, ਉਹ ਹੱਕਾਂ ਦੇ ਲਈ ਲੜਨਾ ਦਿੱਲੀਏ ਆਦਤ ਸਾਡੀ ਹੈ, ਹਿੰਦ ਦੀ ਖਾਤਰ ਸਭ ਤੋਂ ਵੱਧ ਸ਼ਹਾਦਤ ਸਾਡੀ ਹੈ, ਉਹ ਇਨਕਲਾਬੀ ਅਣਖੀ ਜੋਧੇ ਬੋਲਣ ਬੋਲ ਕਰੇ, ਕੁਝ ਐਸਾ ਕਰ ਜਾਈਏ ਮਗਰੋਂ ਦੁਨੀਆ ਯਾਦ ਕਰੇ, ਉਹ ਕੁਝ ਐਸਾ ਕਰ ਜਾਈਏ ਮਗਰੋਂ ਦੁਨੀਆ ਯਾਦ ਕਰੇ, ਉਹ ਲਾਲ ਠੋਲੀ ਵਾਲੇ ਖਬਰਾਂ ਸਾਰੇ ਆਲਮ ਨੂੰ ਸਬਕ ਸਿਖਾ ਕੇ ਛੱਡਦੇ ਨੇ ਪੰਜਾਬੀ ਜ਼ਾਲਮ ਨੂੰ, ਉਹ ਸਬਕ ਸਿਖਾ ਕੇ ਛੱਡਦੇ ਨੇ ਪੰਜਾਬੀ ਜ਼ਾਲਮ ਨੂੰ, ਸੀਸ ਤਲੀ ਤੇ ਤਰ ਕੇ ਬਾਬਾ ਮੁਗਲਾਂ ਨਾਲ ਲੜੇ, ਕੁਝ ਐਸਾ ਕਰ ਜਾਈਏ ਮਗਰੋਂ ਦੁਨੀਆ ਯਾਦ ਕਰੇ, ਉਹ ਕੁਝ ਐਸਾ ਕਰ ਜਾਈਏ ਮਗਰੋਂ ਦੁਨੀਆ ਯਾਦ ਕਰੇ, ਕਿਆ ਬਾਤ ਹੈ। ਇਹ ਇਹ ਜਿਹੜੀ ਇੱਕ ਅੰਦੋਲਨ ਚੱਲ ਰਿਹਾ, ਇਹ ਸਭ ਤੋਂ ਵੱਡਾ ਅੰਦੋਲਨ ਹੈ, ਇਹ ਤਾਂ ਮੇਰੇ ਖਿਆਲ ਮਾਮਾ ਜੀ ਸਾਰਾ, ਮੈਨੂੰ ਲੱਗਦਾ ਸਭ ਤੋਂ ਵੱਡੀ ਜਿਹਨੂੰ ਕਹਿ ਦਿੰਦੇ ਆ ਵਾਰ ਹੈਗੀ ਹੈ, ਸਭ ਤੋਂ ਵੱਡਾ ਅੰਦੋਲਨ ਹੈ ਇਹ, ਵਰਲਡ ਦਾ ਸਭ ਤੋਂ ਵੱਡਾ ਅੰਦੋਲਨ ਹੈ ਮੈਨੂੰ ਲੱਗਦਾ, ਤੇ ਬਾਕੀ ਬਹੁਤ ਜ਼ਿਆਦਾ ਆਪਾਂ ਇਹ ਕਹਿੰਦੇ ਹਾਂ ਵੀ ਇਹ ਸਾਡੇ ਕਿਸਾਨ ਭਰਾਵਾਂ ਨੂੰ ਵੀ ਮਿਲਣਾ ਚਾਹੀਦਾ, ਹਨਾ ਹੱਕ ਮਿਲਣਾ ਚਾਹੀਦਾ, ਤੇ ਜੇ ਮੈਨੂੰ ਇਹ ਤੁਸੀਂ ਪਹਿਲਾਂ ਸੁਣਾਇਆ ਤਾਂ ਮੈਂ ਲੈ ਲੈਣਾ, ਮੈਨੂੰ ਕਹਿਣਾ ਸਾਹ ਤਾਂ ਮੈਂ ਲੈ ਲੜਾਈ, ਪਰ ਆਪਾਂ ਹੁਣ ਕੋਈ ਹੋਰ ਮਾਮਾ ਹੀ ਲਿਖਿਓ ਮੇਰੇ ਵਾਸਤੇ, ਕਿਸਾਨ ਭਰਾਵਾਂ ਵਾਸਤੇ ਮੈਂ ਕਰਨਾ ਗਾਣਾ, ਹਾਂਜੀ ਕਰਾਂਗੇ, ਹਾਂਜੀ ਤੇ ਜਬ ਤੇਰੇ ਦਰਦ ਮੇਂ ਦਿਲ ਦੁਖਤਾ ਥਾ, ਜਬ ਤੇਰੇ ਦਰਦ ਮੇਂ ਦਿਲ ਦੁਖਤਾ ਥਾ, ਉਹ ਉਸਤਾਦ ਜੀ ਦਾ, ਹਾਂਜੀ ਉਹ ਵੀ ਜ਼ਰੂਰ ਸੁਣਾਉਂਦੇ ਹਾਂ, ਚੱਲ ਥੋੜ੍ਹਾ ਜਿਹਾ ਸੁਣਾ ਦੇਣਾ, ਫਿਰ ਆਪਾਂ ਸਾਬੀ 'ਤੇ ਆਉਂਦੇ ਹਾਂ, ਸਾਬੀ ਘੈਂਟ ਲੱਗਦਾ ਯਾਰ, ਕਮਾਲ ਦਾ ਲੱਗਦਾ ਭਰਾ ਸਾਡਾ, ਇਹ ਮਾਮਾ ਜੀ ਦਾ ਬੇਟਾ ਆ ਸਾਬੀ ਸ਼ਹਿਬਾਜ਼, ਸ਼ਹਿਬਾਜ਼ ਠੋਲੀ, ਅਤੇ ਇਹਦਾ ਇਨਸ਼ਾਅੱਲਾ ਹੁਣ ਗਾਣਿਆਂ ਦੇ ਵਿੱਚ ਇਹਦਾ ਗਾਣਾ ਹੁਣ ਕਰਨ ਲੱਗਾ, ਬਹੁਤ ਘੈਂਟ ਗਾਣਾ ਆ, ਅਤੇ ਉਹ ਮੈਂ ਤੁਹਾਨੂੰ ਸੁਣਾਉਣਾ ਆ ਥੋੜ੍ਹਾ ਠਹਿਰ ਕੇ, ਅਤੇ ਸ਼ਹਿਬਾਜ਼ ਠੋਲੀ ਇਹ ਆਏਗਾ, ਇਹ ਸ਼ਹਿਬਾਜ਼ ਠੋਲੀ ਦੇ ਨਾਂ ਆਏਗਾ ਇਨਸ਼ਾਅੱਲਾ, ਅਤੇ ਮਾਸ਼ਾਅੱਲਾ ਇੱਕ ਲਾਲ ਠੋਲੀ ਅਤੇ ਇੱਕ ਸ਼ਹਿਬਾਜ਼ ਠੋਲੀ, ਅਤੇ ਇਹ ਮਾਸ਼ਾਅੱਲਾ ਵਧੀਆ ਲਿਖਦਾ ਹੈ ਅਤੇ ਵਧੀਆ ਆਏਗਾ, ਅਤੇ ਹਾਂ ਪਤਾ ਨੀ ਤਾਂ ਨੀ ਬਾਤ ਦਾ ਮ ਪ ਮ ਗਮ ਦ ਬ ਮ ਗਮ ਪ ਮ ਗਰੇ ਗਮ ਗਰੇ ਗਾ ਸਬ ਮ ਪਨੀ ਦਾ ਗਰ ਨੀ ਦਾ ਮ ਬਦ ਬਦ ਨੀ ਦਾ ਨੀ ਰੇ ਸਾ ਪ ਗ ਮ ਪ ਮ ਗਰੇ ਮ ਗ ਸ ਸਰਗਮ ਤਨ ਤਨੀ ਦਾ ਪ ਗ ਮ ਪ ਨੀ ਸਾ ਪ ਗ ਮ ਪ ਮ ਗਰੇ ਮ ਗ ਸ ਪਨੀ ਰੇ ਮ ਪ ਗ ਸ ਰੇ ਨੀ ਪਨੀ ਰੇ ਮ ਪ ਗ ਰੇ ਗ ਰੇ ਸਾ ਰੇ ਨੀ ਦਾ ਪ ਮ ਗ ਬ ਪ ਮ ਗ ਰੇ ਗ ਮ ਗ ਰੇ ਗ ਰੇ ਸਾ ਪ ਦਾ ਸ ਜੋ ਤੇਰੇ ਦਰਦ ਮੇਂ ਦਿਲ ਦੁਖਤਾ ਥਾ ਜੋ ਤੇਰੇ ਦਰਦ ਮੇਂ ਦਿਲ ਦੁਖਤਾ ਥਾ ਹਮ ਤੇਰੇ ਹੱਕ ਮੈਂ ਦੁਆ ਕਰਤੇ ਥੇ ਵਾਹ 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 ਕੀ ਬਾਤ ਕੀ ਬਾਤ ਹਮ ਤੇਰੇ ਹੱਕ ਮੈਂ ਦੁਆ ਕਰਤੇ ਥੇ ਹਮ ਵੀ ਚੁੱਪ ਚਾਪ ਫਿਰਾ ਕਰਤੇ ਥੇ ਜਬ ਤੇਰੇ ਦਰਦ ਮੇਂ ਦਿਲ ਦੁਖਤਾ ਥਾ ਥੈਂਕ ਯੂ ਸੋ ਮਚ ਵਾਹ ਵਾਹ
ਬਾਬਾ ਜੀ ਤੁਸੀਂ ਇੱਕ ਗੱਲ ਮੈਨੂੰ ਦੱਸ ਰਹੇ ਸੀ ਉਸਤਾਦ ਚੰਦ ਜੀ ਹਜ਼ੂਰ ਅਹੂਜਾ ਸਾਹਿਬ ਦੀ ਤੁਸੀਂ ਗੱਲ ਦੱਸ ਰਹੇ ਸੀ ਉਹ ਮਾੜੀ ਜੀ ਮੈਨੂੰ ਦੱਸੋ ਕਿ ਇਹਨਾਂ ਦਾ ਐਕਸਪੀਰੀਅੰਸ ਤੁਸੀਂ ਸੁਣੋ ਬਾਈ ਕਿਉਂਕਿ ਜਿਹੜੇ ਵੱਡੇ ਰਾਈਟਰ ਹੁੰਦੇ ਨੇ ਜਾਂ ਵੱਡੇ ਨਾਮ ਹੁੰਦੇ ਨੇ ਜਿਹੜੇ ਉਹਨਾਂ ਦੇ ਪਿੱਛੇ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਉਹ ਤੁਸੀਂ ਐਕਸਪੀਰੀਅੰਸ ਇਹਨਾਂ ਦਾ ਸੁਣੋ ਵੀ ਕਿੱਦਾਂ ਕਰਦੇ ਹੁੰਦੇ ਸੀ ਕੰਮ ਕਿੱਦਾਂ ਉਸਤਾਦ ਚਰਨਜੀਤ ਅਹੂਜਾ ਸਾਹਿਬ ਉਹ ਇਹਨਾਂ ਨੂੰ ਕਿੱਦਾਂ ਕਰਾਉਂਦੇ ਹੁੰਦੇ ਸੀਗੇ ਅਤੇ ਦੇਖੋ ਜੀ ਉਹਨਾਂ ਦਾ ਨਾਂ ਬਹੁਤ ਵੱਡਾ ਚਰਨਜੀਤ ਅਹੂਜਾ ਸਾਹਿਬ ਜੀ ਦਾ ਅਸੀਂ ਮੈਂ ਉਹਨਾਂ ਦਾ ਸ਼ਾਗਿਰਦ ਹਾਂ ਸੋ ਉਹਨਾਂ ਦਾ ਕੰਮ ਸੀ ਵੀ ਸਥਾਈ ਪਹਿਲਾਂ ਸਥਾਈ ਸਹੀ ਹੋਣੀ ਚਾਹੀਦੀ ਸਥਾਈ ਵਧੀਆ ਲੱਗ ਗਈ ਤਾਂ ਜਿਹੜੇ ਅਸੀਂ ਤਿੰਨ ਅੰਤਰੇ ਲਿਖੇ ਹੋਣੇ ਉਹ ਤਾਂ ਪਾੜੇ ਦੇਣੇ ਆ ਉਹ ਕਹਿੰਦੇ ਵੀ ਜਿੰਨਾ ਵੀ ਮਿਹਨਤ ਕਰ ਸਕਦੇ ਆ ਕਰੋ ਮੈਂ ਇਸ਼ਕ ਇਸ਼ਕ ਦੇ ਵੀ ਮੇਰੇ ਹਿਸਾਬ ਨਾਲ 200 ਅੰਤਰਾ ਲਿਖਿਆ ਹੋਊਗਾ ਤਾਂ ਉਹਨਾਂ ਦੇ ਵਿੱਚੋਂ 3 ਪਾਸ ਕੀਤੇ ਉਹਨੇ ਬਾਕੀ ਪਾੜ ਦਿੰਦੇ ਸੀਗੇ ਵੀ ਮੁੜ ਕੇ ਇਹੀ ਲੈ ਇਹਨਾਂ ਨਾਲ ਚੱਕ ਚੱਕ ਫੇਰ ਲਿਖੀ ਜਾਣ ਅਤੇ ਜਿੱਦਾਂ ਨਾ ਜਾਏ ਉਹ ਪ੍ਰਦੇਸ਼ ਉੱਥੇ ਨਹੀਂ ਮਾਲ ਬਣੀ ਹਾਂ ਉਹਦਾ ਵੀ ਘੱਟੋ ਘੱਟ 150 ਅੰਤਰਾ ਲਿਖਿਆ ਹੋਊਗਾ ਵਾਹ ਵਾਹ ਅਤੇ ਮਤਲਬ ਕਹਿੰਦਾ ਉਹ ਤਜ਼ਰਬਾ ਇੰਨਾ ਉਹਨਾਂ ਨੇ ਕਰਾ ਦਿੱਤਾ ਕਿ ਹੁਣ ਇਨਸ਼ਾਅੱਲਾ ਜਿਹੜੇ 3 ਅੰਤਰੇ ਵੀ ਲਿਖਦੇ ਉਹ ਉਹਨਾਂ ਦੇ ਬਰਾਬਰ ਹੀ ਹੁੰਦੇ ਆ ਪਰ ਕੋਸ਼ਿਸ਼ ਹਾਲੇ ਵੀ ਸਾਡੀ ਇਹ ਰਹਿੰਦੀ ਆ ਵੀ ਜਿੰਨਾ ਮਲਾਈ ਆਵੇ ਉੱਤੇ ਪੂਰੀ ਉਹਦੇ ਅਸੀਂ ਲਿਖੀ ਜਾਈਦਾ ਉਹਨਾਂ ਵਿੱਚੋਂ ਟਿੱਕ ਮਾਰ ਕਰੀਦੀ ਆ ਸਿੰਗਰ ਦੇ ਨਾਲ ਬੈਠ ਕੇ ਕਿ ਆਪਾਂ ਇਹਦੇ ਵਿੱਚੋਂ ਕਿਹੜੇ ਰੱਖੀਏ ਘੱਟੋ ਘੱਟ 10-15 ਤਾਂ ਲਿਖੋ ਹੈ ਨਾ ਫਿਰ ਮਤਲਬ ਕਹਿੰਦਾ ਗੀਤ ਨਾਲ ਨਿਵਾਸ ਹੀ ਹੋਣਾ ਚਾਹੀਦਾ ਅਹੂਜਾ ਸਾਹਿਬ ਤਾਂ ਇਹ ਕਹਿੰਦੇ ਵੀ ਤੁਹਾਨੂੰ ਨਾ ਪਾਉਣ ਦੀ ਬਹੁਤ ਕਾਹਲੀ ਹੁੰਦੀ ਹੈ ਯਾਰ ਭਾਵੇਂ ਉਹਦੇ ਨਾਲ ਗੀਤ ਦੇ ਨਾਲ ਉਹ ਰਲਦੀ ਹੋਵੇ ਗੱਲ ਚਾਹੇ ਨਾ ਰਲਦੀ ਹੋਵੇ ਹੈ ਨਾ ਵੀ ਅਕਸਰ ਨਿਭਾਓ ਜੇ ਉਹ ਗੀਤ ਮੰਗਦਾ ਉੱਥੇ ਨਾ ਉਸ ਹਿਸਾਬ ਨਾਲ ਹੀ ਪਾਓ ਇੱਦਾਂ ਦੀਆਂ ਗੱਲਾਂ ਬਾਤਾਂ ਜੀ ਬਹੁਤ ਮਿਹਨਤ ਕੀਤੀ ਆ ਜਾਣੀ ਕਿ ਇੰਨਾ ਇੰਨਾ ਲਿਖਣਾ ਸਿਰ ਏਦਾਂ ਲੱਗਦਾ ਜਿੱਦਾਂ ਕਮਲਾ ਹੋਣ ਲੱਗੇ ਆ ਏਦਾਂ ਹੋ ਜਾਂਦਾ ਸੀ ਸ਼ਹਿਬਾਜ਼ ਨੇ ਗਾਣਾ ਲਿਖਿਆ ਕਿਹੜਾ ਸੀਗਾ ਯਾਰ ਸਾਬੀ ਉਹ ਗਾਣਾ ਥੋੜਾ ਜਿਹਾ ਮੈਂ ਸੁਣਾਵਾਂਗਾ ਹਾਂ ਇੱਕ ਮਿੰਟ ਰੋਇਲ ਮੈਨੇਕ ਇਹਨੂੰ ਕਹੋ ਤੂੰ ਸਿੱਧਾ ਮੈਸੇਜ ਕਰ ਲਾ ਗਾਲਾਂ ਨਾ ਕੱਢ ਕੇ ਮਿੰਟ 'ਚ ਉਹ ਕਿਹੜਾ ਵਾ ਗਾਲਾਂ ਕੱਢਦਾ ਕੁੜੀ ਆ ਵਾ ਇਹਨੂੰ ਕਹੋ ਕਿ ਜੇ ਤੂੰ ਸਿੱਧਾ ਹੀ ਕਹੋ ਜੇ ਇਹ ਹੈਗਾ ਰੋਇਲ ਹੈ ਕੋਈ ਅੱਛਾ ਅੱਛਾ ਰੋਇਲ ਹੈ ਰੋਇਲ ਮੈਨੇਕ ਅੱਛਾ ਅੱਛਾ ਚਲੋ ਇਹ ਥੋੜੀਆਂ ਗਾਲ ਕੱਢਦਾ ਪਿਆ ਹੈ ਤੈਨੂੰ ਕਹੋ ਥੋੜਾ ਜਿਹਾ ਮੈਸੇਜ ਫੇ ਜਦੋਂ ਜੇ ਗਾਲ ਕੱਢਣੀ ਹੈ ਤਾਂ ਮੈਸੇਜ ਆ ਜਾ ਆਪਾਂ ਨੂੰ ਬਹੁਤ ਥੋੜੇ ਆਉਂਦੇ ਆ ਮੈਨੂੰ 2-3 ਜਾਣੇ ਹੋਣਗੇ ਜਿਹਨਾਂ ਦੇ ਮਿਰਚਾਂ ਲੜਦੀਆਂ ਹੁੰਦੀਆਂ ਗਾਲ ਕੱਢ ਕੇ ਲਿਖਦਾ ਪਿਆ ਮੇਰਾ ਸੌਂਗ ਕੈਸਾ ਹੈ ਭਾਜੀ ਸਾਰਿਆਂ ਦਾ ਤੂੰ ਜਿਹੜੀਆਂ ਵਧੀਆ ਗੱਲ ਉਹ ਕਰ ਯਾਰ ਕਮੈਂਟ ਕੋਲ ਵਧੀਆ ਉਹ ਪੜ ਇਹਨੂੰ ਦਫਾ ਕਰ ਚੱਲ ਵੀ ਸਾਬੀ ਇੱਕ ਗਾਣਾ ਯਾਰ ਹੁਣ ਸਾਬੀ ਦਾ ਗਾਣਾ ਆਪਾਂ ਕਰਾਂਗੇ ਇਨਸ਼ਾਅੱਲਾ ਹੋ ਇਕੱਲੇ ਬੈਠੇ ਉਹਨੂੰ ਯਾਦ ਤੇਰੀ ਆ ਗਈ ਇਕੱਲੇ ਬੈਠੇ ਯਾਦ ਤੇਰੀ ਆ ਗਈ ਕਿ ਮਿਲਣ ਨੂੰ ਦਿਲ ਕਰਦਾ ਇਕੱਲੇ ਬੈਠੇ ਉਹਨੂੰ ਯਾਦ ਤੇਰੀ ਆ ਗਈ ਕਿ ਮਿਲਣ ਨੂੰ ਦਿਲ ਕਰਦਾ ਇੱਕ ਪਲ ਵਿੱਚ ਮੈਨੂੰ ਇਹ ਰੁਆ ਗਈ ਇੱਕ ਪਲ ਵਿੱਚ ਮੈਨੂੰ ਇਹ ਰੁਆ ਗਈ ਕਿ ਮਿਲਣ ਨੂੰ ਦਿਲ ਕਰਦਾ ਕਲੇ ਬੈਠੇ ਯਾਦ ਤੇਰੀ ਆ ਗਈ ਕਿ ਮਿਲਣ ਨੂੰ ਦਿਲ ਕਰਦਾ ਕਿ ਮਿਲਣ ਨੂੰ ਦਿਲ ਕਰਦਾ ਇਹ ਨਹੀਂ ਸਾਡੇ ਸਾਬੀ ਦਾ ਲਿਖਿਆ ਹੋਇਆ ਸ਼ਹਿਬਾਜ਼ ਦਾ ਲਿਖਿਆ ਹੋਇਆ ਅਤੇ ਮਾਸ਼ਾਅੱਲਾ ਬਹੁਤ ਘੈਂਟ ਲਿਖਿਆ ਯਾਰ ਸਾਬੀ ਕੰਪੀਟੀਸ਼ਨ ਵੀ ਇਹਦੀ ਆ ਬਹੁਤ ਘੈਂਟ ਕੰਪੀਟੀਸ਼ਨ ਆ ਇੱਕ ਪਲ ਵਿੱਚ ਇੱਥੋਂ ਮੈਨੂੰ ਬਹੁਤ ਜ਼ਿਆਦਾ ਘੈਂਟ ਲੱਗਦੀ ਮੈਨੂੰ ਇਹ
ਰਵਾ ਗਈ ਇੱਕ ਪਲ ਵਿੱਚ ਮੈਨੂੰ ਏ ਰਵਾ ਗਈ ਕਿ ਮਿਲਣੇ ਨੂੰ ਦਿਲ ਕਰਦਾ ਕਲੇ ਬੈਠਿਆਂ ਨੂੰ ਯਾਦ ਤੇਰੀ ਆ ਗਈ ਕਿ ਮਿਲਣੇ ਨੂੰ ਦਿਲ ਕਰਦਾ ਕਿ ਮਿਲਣੇ ਨੂੰ ਦਿਲ ਕਰਦਾ ਇੱਕ ਵਾਰ ਨਸੀਬਾ ਨਸੀਬਾ ਬੋਲਦੇ ਮੇਰਾ ਠੀਕ ਹੈ ਇਹ ਗਾਣਾ ਤੁਸੀਂ ਇਹ ਪਲੀਜ਼ ਤੁਸੀਂ ਸਾਰੇ ਜਾਣੇ ਜ਼ਰੂਰ ਆਪਾਂ ਜਦੋਂ ਕਿਉਂਕਿ ਜ਼ਿੰਦਗੀ ਤੇਰੇ ਨਾਲ ਵੀ ਜਦੋਂ ਛੱਡਿਆ ਸੀ ਅਤੇ ਜਦੋਂ ਰਿਮਝਿਮ ਵੀ ਛੱਡਿਆ ਸੀ ਮੇਰੇ ਖਿਆਲ ਪਹਿਲਾਂ ਗੈਰੀ ਬਾਈ ਨੇ ਪਾਈ ਸੀਗੀ ਵੀਡੀਓ ਰਿਮਝਿਮ ਦੀ ਨਾਲ ਸਨੀ ਮੁੰਡਾ ਸੀਗਾ ਸਨੀ ਫਰੋਮ ਯੂ ਕੇ ਮੇਰੇ ਖਿਆਲ ਹਾਂ ਉਹਦਾ ਕਿਹਾ ਸੀਗਾ ਅਤੇ ਅਸੀਂ ਪਾਈ ਸੀਗੀ ਵੀਡੀਓ ਅਤੇ ਰਿਮਝਿਮ ਦੀ ਵੀ ਇੱਦਾਂ ਹੀ ਪਾਈ ਸੀ ਜ਼ਿੰਦਗੀ ਤੇਰੇ ਨਾਲ ਦੀ ਵੀ ਇੱਦਾਂ ਹੀ ਪਾਈ ਸੀਗੀ ਹੈ ਨਾ ਆਪਾਂ ਪਾਉਂਦੇ ਰਹਿੰਦੇ ਇੱਦਾਂ ਵੀਡੀਓ ਪਾਉਂਦੇ ਰਹਿੰਦੇ ਹਾਂ ਅਤੇ ਇਕੱਲੇ ਬੈਠਿਆਂ ਨੂੰ ਯਾਦ ਤੇਰੀ ਆਏਗੀ ਆ ਗਈ ਮਿਲਣੇ ਨੂੰ ਦਿਲ ਕਰਦਾ ਇਹਦਾ ਕੀ ਟਾਈਟਲ ਕੀ ਹੋਊਗਾ ਦਿਲ ਕਰਦਾ ਸਹੀ ਲੱਗਣਾ ਹੈ ਦਿਲ ਕਰਦਾ ਦਿਲ ਕਰਦਾ ਅੱਗੇ ਜੀ ਕਰਦਾ ਆਇਆ ਗਾਣਾ ਦਿਲ ਕਰਦਾ ਵਧੀਆ ਦਿਲ ਕਰਦਾ ਦਿਲ ਕਰਦਾ ਇਕੱਲੇ ਬੈਠਿਆਂ ਨੂੰ ਯਾਦ ਤੇਰੀ ਆ ਗਈ ਕਿ ਮਿਲਣੇ ਨੂੰ ਦਿਲ ਕਰਦਾ ਗਾਣਾ ਵਧੀਆ ਲੱਗ ਰਿਹਾ ਤੁਹਾਨੂੰ ਉਹ ਤਾਂ ਗਾਣਾ ਠੀਕ ਲੱਗਾ ਓਕੇ ਹੈ ਨਾ ਗਾਣਾ ਵਧੀਆ ਲੱਗ ਰਿਹਾ ਕਿਉਂਕਿ ਮੇਰੇ ਵੱਲੋਂ ਕਮੈਂਟਸ ਨਹੀਂ ਹੈਗੇ ਉਹ ਉਧਰੋਂ ਬਣਾ ਰਿਹਾ ਕਹਿੰਦੇ ਵੈਰੀ ਨਾਈਸ ਵੈਰੀ ਨਾਈਸ ਤੇ ਠੀਕ ਹੈ ਸਾਰੇ ਜਣੇ ਕਹਿੰਡ ਕਹਿ ਰਹੇ ਆ ਚਲੋ ਥੈਂਕ ਯੂ ਸੋ ਮੱਚ ਯਾਰ ਤੁਹਾਡਾ ਸਾਰਿਆਂ ਦਾ ਤੇ ਇਹਦਾ ਆਪਾਂ ਟਾਈਟਲ ਕੁਛ ਨਾ ਕੁਛ ਰੱਖਾਂਗੇ ਇਨਸ਼ਾਅੱਲਾ ਇਹ ਵੀ ਆਪਾਂ ਤਿਆਰ ਕਰਨਾ ਹੁਣ ਆਪਾਂ ਤੇ ਵਧੀਆ ਤਰ੍ਹਾਂ ਤਰੀਕੇ ਦੇ ਨਾਲ ਤਿਆਰ ਕਰਾਂਗੇ ਆਪਾਂ ਤੇ ਨਸੀਬਾ ਹਾਂ ਨਸੀਬਾ ਤੁਹਾਡਾ ਸੁਣਾ ਦਿੰਦੇ ਹਾਂ ਬਾਈ ਨਸੀਬਾ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ 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 ਤੁਝੇ ਨੂੰ ਚਾਵੇ ਦੇਵੇ ਇਹ ਮਰਜ਼ੀ ਤੇਰੀ ਅੱਲਾ ਤੁਝੇ ਨੂੰ ਚਾਵੇ ਦੇਵੇ ਇਹ ਮਰਜ਼ੀ ਤੇਰੀ ਅੱਲਾ ਨਸੀਬਾ ਖੋਲ ਦੇ ਮੇਰਾ ਬਾਬਾ ਨਸੀਬਾ ਖੋਲ ਦੇ ਮੇਰਾ ਯਾ ਅੱਲਾ ਸੁਣ ਲੈ ਦੁਹਾਈ ਨਸੀਬਾ ਖੋਲ ਦੇ ਮੇਰਾ ਯਾ ਅੱਲਾ ਸੁਣ ਲੈ ਦੁਹਾਈ ਬੈਠੀਏ ਰੜਕੇ ਸਾਰੇ ਮਾਂ ਪਿਓ ਪੈਰ ਤੇ ਪਾਈ ਬੈਠੀਏ ਰੜਕੇ ਸਾਰੇ ਮਾਂ ਪਿਓ ਪੈਰ ਤੇ ਪਾਈ ਨਸੀਬਾ ਖੋਲ ਦੇ ਮੇਰਾ ਨਸੀਬਾ ਖੋਲ ਦੇ ਮੇਰਾ ਦਿਲਾਂ ਦੇ ਪਾਰ ਸਫੀਨਾ ਨਸੀਬਾ ਖੋਲ ਦੇ ਮੇਰਾ ਦਿਲਾਂ ਦੇ ਪਾਰ ਸਫੀਨਾ ਕਿਤੇ ਮੈਂ ਮਰਨਾ ਜਾਵਾਂ ਦੇਖੋ ਦੇ ਯਾਰ ਮਦੀਨਾ ਕਿਤੇ ਮੈਂ ਮਰਨਾ ਜਾਵਾਂ ਦੇਖੋ ਦੇ ਸ਼ਹਿਰ ਮਦੀਨਾ ਨਸੀਬਾ ਖੋਲ ਦੇ ਮੇਰਾ ਥੈਂਕ ਯੂ ਸੋ ਮੱਚ ਅਤੇ ਤੁਸੀਂ ਸਾਰੇ ਜਿੰਨੇ ਵੀ ਪਿਆਰ ਕਰਨ ਵਾਲੇ ਹੋ ਸਾਰਿਆਂ ਦਾ ਥੈਂਕ ਯੂ ਦਿਲੋਂ ਧੰਨਵਾਦ ਹੈ ਅਤੇ ਹੁਣ ਮਾਮਾ ਜੀ ਦੁਆਰਾ ਰਿਮਝਿਮ ਤੋਂ ਬਾਅਦ ਹੁਣ ਅਸੀਂ ਗਾਣਾ ਲੈ ਕੇ ਆ ਰਹੇ ਹਾਂ ਅਤੇ ਤੁਸੀਂ ਸਾਰੇ ਜਾਣੇ ਪਲੀਜ਼ ਤੁਹਾਨੂੰ ਵਧੀਆ ਆਈ ਥਿੰਕ ਤੁਹਾਨੂੰ ਵਧੀਆ ਲੱਗੇਗਾ ਚਮਕੀਲਾ ਬਾਈ ਗਾਣੇ ਦਾ ਨਾਂ ਆ ਬਹੁਤ ਘੈਂਟ ਗਾਣਾ ਆ ਅਤੇ ਜ਼ਿੰਦਗੀ ਤੇਰੇ ਨਾਲ ਦੇ ਕਮੈਂਟ ਪਾ ਰਿਹਾ ਭਾਈ ਇਹ ਤਾਂ ਬੇਟੇ ਹੁਣ ਹੁਣ ਪਹਿਲਾਂ ਆਹ ਗੱਲ ਕਰ ਲਈਏ ਜ਼ਿੰਦਗੀ ਦੇ ਨਾਲ ਤਾਂ ਬਾਅਦ 'ਚ ਕਰ ਲਵਾਂਗੇ ਜ਼ਿੰਦਗੀ ਦੇ ਨਾਲ ਉਹਨੇ ਸੁਣਿਆ ਆ ਆਪਾਂ ਪਹਿਲਾਂ ਇਹ ਕਰੀਏ ਬਈ ਜਿਹੜਾ ਆ ਰਿਹਾ ਆਪਣਾ ਗਾਣਾ ਉਹ ਹੁਣ ਕਿਉਂਕਿ ਡੀ ਜੇ ਵੀ ਡੀ ਜੇ ਜਿੱਦਾਂ ਮੰਨ ਲਓ ਹੁਣ ਅੱਗੇ ਸ਼ੁਰੂ ਹੋ ਗਏ ਨੇ ਵਿਆਹ ਸ਼ੁਰੂ ਹੋ ਗਏ ਨੇ ਅਤੇ ਆਪਾਂ ਗਾਣਾ ਹੁਣ ਇਹ ਆਪਾਂ ਛੱਡਣਾ ਚਮਕੀਲਾ ਬਾਈ ਘੈਂਟ ਗਾਣਾ ਅਤੇ ਤੁਸੀਂ ਸਾਰੇ ਜਾਣੇ ਜ਼ਰੂਰ ਵੇਟ ਤੁਸੀਂ ਆਲਵੇਜ਼ ਕਰਦੇ ਹੀ ਹੋ
ਪਰ ਮੈਂ ਬਹੁਤ ਜ਼ਿਆਦਾ ਵੇਟ ਕਰਾ ਦਿੰਦਾ, ਮੈਂ ਉਹ ਸੌਰੀ ਹਾਂ ਉਸ ਵਾਸਤੇ, ਅਤੇ ਥੋੜ੍ਹੇ ਜਿਹੇ ਮਸਲੇ ਹੋ ਜਾਂਦੇ ਨੇ, ਅਤੇ ਆਪਾਂ ਇਨਸ਼ਾਲਾ ਵਧੀਆ ਕਰਾਂਗੇ ਜਦੋਂ ਕੁਛ ਕਰਾਂਗੇ, ਇਨਸ਼ਾਲਾ ਕੋਸ਼ਿਸ਼ ਰਹੇਗੀ ਕਿ ਵਧੀਆ ਕੁਛ ਲੈ ਕੇ ਆਈ ਹੈ ਨਾ ਜੀ। ਬਿਲਕੁਲ। ਅਤੇ ਚਮਕੀਲਾ ਬਾਈ ਜਿਹੜਾ ਉਹ ਮਾਮਾ ਜੀ ਦਾ, ਲਾਲ ਮਾਮਾ ਜੀ ਦਾ ਲਿਖਿਆ ਹੋਇਆ, ਲਾਲ ਠੋਲੀ ਵਾਲਾ ਸਾਹਿਬ ਦਾ ਲਿਖਿਆ ਹੋਇਆ, ਅਤੇ ਇਹ ਵਾਲਾ ਖਾਨ ਠੋਲੀ, ਇਹ ਸ਼ਹਿਬਾਜ਼ ਠੋਲੀ, ਇਹਦਾ ਵੀ ਮਿਲਣੇ ਨੂੰ ਦਿਲ ਕਰਦਾ, ਇਹ ਵੀ ਵਧੀਆ ਗਾਣਾ ਹੈ, ਅਤੇ ਇਹਦਾ ਕੋਈ ਟਾਈਟਲ ਰੱਖਾਂਗੇ ਕੁਛ ਨਾ ਕੁਛ ਇਨਸ਼ਾਲਾ, ਮਾਮਾ ਜੀ ਰੱਖਣਗੇ ਫਿਰ ਉਹਦਾ, ਹੈ ਨਾ। ਅਤੇ ਬਾਕੀ ਥੈਂਕ ਯੂ ਸੋ ਮੱਚ, ਤੁਸੀਂ ਇੰਨਾ ਪਿਆਰ ਕੀਤਾ, ਬੜੀ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਠੀਕ ਠਾਕ ਰੱਖੇ, ਅਤੇ ਜ਼ਿੰਦਗੀ ਹੈ ਤੇਰੇ ਨਾਲ, ਤੂੰ ਮੇਰਾ ਹੈ ਪਿਆਰ, ਆ ਜਾਵੇ ਮਾਹੀ ਵੇ ਮੈਨੂੰ ਤੇਰਾ ਇੰਤਜ਼ਾਰ। ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਅਤੇ ਆਪਾਂ ਇਨਸ਼ਾਲਾ ਛੇਤੀ ਦੁਬਾਰਾ ਲਾਈਵ ਲੈ ਕੇ ਆਵਾਂਗੇ, ਅਤੇ ਬਾਕੀ ਤੁਹਾਨੂੰ ਸਾਰਿਆਂ ਨੂੰ, ਮੇਰੇ ਜਿੰਨੇ ਵੀ, ਹਾਂ ਮੇਰੇ ਜਿੰਨੇ ਵੀ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਵਾਲੇ ਅਤੇ ਯੂਟਿਊਬ ਵਾਲੇ, ਖਾਨ ਸਾਹਿਬ ਸੋਲ ਵਾਲੇ ਜਿੰਨੇ ਵੀ ਦੇਖਣ ਵਾਲੇ ਆ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ। ਨਵਾਂ ਸਾਲ ਅਜੇ ਆਉਣਾ ਹੈ, ਅਤੇ ਆਪਾਂ ਪਹਿਲਾਂ ਹੀ ਅਜੇ ਮੁਬਾਰਕਾਂ ਦੇ ਦਿੰਦੇ ਹਾਂ, ਕਿਉਂਕਿ ਮੈਰੀ ਕ੍ਰਿਸਮਸ ਕੱਲ੍ਹ ਸੀ, ਇੱਦਾਂ ਉਹਦੀਆਂ ਵੀ ਮੁਬਾਰਕਾਂ ਸਾਰਿਆਂ ਨੂੰ, ਅਤੇ ਬੜੀ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਸੋ ਮੱਚ, ਤੁਸੀਂ ਇੰਨਾ ਪਿਆਰ ਕੀਤਾ। ਬਾਕੀ ਹੁਣ ਫਿਰ ਮਿਲਦੇ ਹਾਂ ਨੈਕਸਟ ਟਾਈਮ ਵਧੀਆ ਲਾਈਵ ਦੇ ਨਾਲ, ਇਨਸ਼ਾਅੱਲਾ। ਖੁਸ਼ ਰਹੋ, ਬਾਦ ਰਹੋ, ਹੱਸਦੇ ਰਹੋ, ਵੱਸਦੇ ਰਹੋ, ਠੀਕ ਹੈ ਜੀ, ਅੱਲਾ ਹਾਫਿਜ਼। ਲੜਾਈ ਇਹਨੂੰ ਸੇਵ ਕਰਨਾ, ਫਟੇ ਛੱਡੀ ਜਿਹੜੇ ਛੱਡਦੇ ਛੱਡ, ਸੇਵ ਕਰਨਾ ਇਹਨੂੰ।